ਕਹਿੰਦੇ ਆ ਕਿ ਮਹਾਰਾਜਾ ਰਣਜੀਤ ਸਿੰਘ ਦਾ ਇੱਕ ਬਹੁਤ ਮਜ਼ਬੂਤ ਰਾਜ ਭਾਗ ਸੀਗਾ। ਕੁਝ ਕੁ ਬੰਦਿਆਂ ਦੀ ਗੱਦਾਰੀ ਕਰਕੇ ਨਾ ਉਹ ਰਾਜ ਭਾਗ ਥੋੜ੍ਹੇ ਜਿਹੇ ਸਾਲਾਂ ਦੇ ਵਿੱਚ ਹੀ ਢਹਿ ਗਿਆ। ਇਹੋ ਜਿਹਾ ਬਰੂਦ ਫਿੱਟ ਹੋਇਆ ਕਿ ਅੱਜ ਤੱਕ ਪੰਜਾਬੀ ਉਸ ਰਾਜ ਨੂੰ ਤਰਸਦੇ ਹੈ। ਇਹੀ ਗੱਦਾਰ ਹੁਣ ਵੀ ਤੁਹਾਡੇ ਵਿੱਚ ਸ਼ਾਮਿਲ ਬੈਠੇ ਹੈ, ਜਿਹੜੇ ਨਹੀਂ ਚਾਹੁੰਦੇ ਕਿ ਤੁਸੀਂ ਬਿਮਾਰੀ ਨਾਲ ਲੜੋ, ਦੇਸ਼ ਸੁਰੱਖਿਅਤ ਰਹੇ ਅਤੇ ਅਫਵਾਹਾਂ ਫੈਲਾਉਂਦੇ ਹੈ। ਮੈਂ ਕੁਲਦੀਪ ਸਿੰਘ ਸ਼ੇਰਗਿੱਲ ਮਰਖਾਈ ਇਸ ਵੀਡੀਓ ਦੇ ਵਿੱਚ ਕੁਝ ਅਫਵਾਹਾਂ ਬਾਰੇ ਗੱਲ ਕਰਾਂਗਾ। ਜੇਕਰ ਤੁਸੀਂ ਯੂਟਿਊਬ 'ਤੇ ਨਵੇਂ ਹੋ ਤਾਂ ਮੇਰੀ ਖੇਤੀ ਮੇਰਾ ਕਿਸਾਨ ਯੂਟਿਊਬ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ। ਪ੍ਰੈਸ ਇਨਫੋਰਮੇਸ਼ਨ ਬਿਊਰੋ ਗੌਰਮੈਂਟ ਆਫ ਇੰਡੀਆ ਦੀ ਸਹਾਇਤਾ ਦੇ ਨਾਲ ਆਪਾਂ ਗੱਲ ਕਰਾਂਗੇ। ਸਭ ਤੋਂ ਪਹਿਲਾ ਮੈਸੇਜ ਜਿਹੜਾ ਫਾਰਵਰਡ ਹੋ ਰਿਹਾ ਉਹ ਇਹ ਹੈਗਾ ਕਿ ਕੁਛ ਲੋਕ ਸਬਜ਼ੀਆਂ ਨੂੰ ਥੁੱਕ ਲਾ ਰਹੇ ਆ ਅਤੇ ਬਿਮਾਰੀ ਫੈਲਾ ਰਹੇ ਹੈ। ਇਹ ਮੈਸੇਜ ਬਿਲਕੁਲ ਫੇਕ ਹੈ। ਭਾਰਤ ਸਰਕਾਰ ਦੁਆਰਾ ਇਹਦਾ ਖੰਡਨ ਕੀਤਾ ਗਿਆ। ਇਹਦੇ ਪਿੱਛੇ ਮਕਸਦ ਜਿਹੜਾ ਲੋਕਾਂ ਦਾ ਛੁਪਿਆ ਹੋਇਆ, ਮਕਸਦ ਇਹ ਹੈਗਾ ਕਿ ਵੀ ਲੋਕ ਸਬਜ਼ੀਆਂ ਲੈਣੀਆਂ ਬੰਦ ਕਰ ਦੇਣ, ਕਿਸਾਨ ਦੀ ਜਿਹੜੀ ਮਾੜੀ ਮੋਟੀ ਸਬਜ਼ੀ ਵਿਕਦੀ ਹੈ ਉਹ ਵੀ ਨਾ ਵਿਕੇ, ਆਖਿਰ 'ਤੇ ਆ ਕੇ ਕਿਸਾਨ ਦੀ ਕਮਰ ਟੁੱਟੂਗੀ, ਕਮਰ ਟੁੱਟੂਗੀ ਤਾਂ ਆਪੇ ਰੌਲਾ ਪਾਊਗਾ ਅਤੇ ਦੇਸ਼ ਜਿਹੜਾ ਹੈਗਾ ਅਨਸਟੇਬਲ ਹੋਏਗਾ। ਇਹੋ ਜਿਹੀ ਖਬਰ ਪ੍ਰਚਾਰਿਤ ਨਾ ਕਰੋ। ਅਗਲੀ ਅਫਵਾਹ ਇਹ ਹੈਗੀ ਹੈ ਕਿ ਹੈਂਡ ਡਰਾਇਰ ਦੇ ਥੱਲੇ ਹੱਥ ਸੁਕਾਉਣ ਦੇ ਨਾਲ ਕਰੋਨਾ ਵਾਇਰਸ ਖਤਮ ਹੋ ਜਾਂਦਾ ਹੈ। WHO ਨੇ ਕਿਹਾ ਕਿ ਇਹੋ ਜਿਹੀ ਕੋਈ ਵੀ ਫਾਈਂਡਿੰਗ ਹਜੇ ਤੱਕ ਨਹੀਂ ਮਿਲੀ, ਇਹ ਅਫਵਾਹ ਗਲਤ ਹੈ। ਇੱਕ ਅਫਵਾਹ ਇਹ ਆ ਗਈ ਕਿ ਜਿਹੜੀ ਆਰੋਗਿਆ ਸੇਤੂ ਐਪ ਹੈ, ਇਸ ਐਪ ਨੂੰ ਜੇ ਅਸੀਂ ਵਰਤਾਂਗੇ ਤਾਂ ਸਾਡੇ ਜਿਹੜੇ ਬੈਂਕ ਦੇ ਵਿੱਚੋਂ ਪੈਸੇ ਨਿਕਲ ਜਾਣਗੇ, ਸਾਡੀ ਪਰਸਨਲ ਜਾਣਕਾਰੀ ਬਾਹਰ ਚਲੀ ਜਾਊਗੀ। ਇਸ ਤਰ੍ਹਾਂ ਦੀ ਕੋਈ ਵੀ ਕਹਾਣੀ ਨਹੀਂ ਹੈਗੀ। ਇਸੇ ਤਰ੍ਹਾਂ ਦੀ ਐਪ ਜਰਮਨ ਨੇ ਵੀ ਬਣਾਈ ਹੈ, ਇੰਗਲੈਂਡ ਨੇ ਵੀ ਬਣਾਈ ਹੈ, ਚਾਈਨਾ ਨੇ ਵੀ ਬਣਾਈ ਹੈ, ਯੂਰਪ ਦੇ ਬਹੁਤ ਸਾਰੇ ਦੇਸ਼ਾਂ ਨੇ ਇਸ ਤਰੀਕੇ ਦੀ ਐਪ ਬਣਾਈ ਹੈ ਅਤੇ ਬਿਮਾਰੀ ਨਾਲ ਲੜ ਰਹੇ ਹੈ। ਇਹ ਸਿਰਫ ਉਹਨਾਂ ਲੋਕਾਂ ਨੂੰ ਨਹੀਂ ਮਨਜ਼ੂਰ ਜਿਹੜੇ ਤੁਹਾਨੂੰ ਬਿਮਾਰ ਦੇਖਣਾ ਚਾਹੁੰਦੇ ਹੈ, ਇਸੇ ਕਰਕੇ ਤੁਹਾਨੂੰ ਗਲਤ ਅਫਵਾਹਾਂ ਫੈਲਾ ਰਹੇ ਹੈ। ਇੱਕ ਇਹ ਗਲਤ ਅਫਵਾਹ ਆ ਰਹੀ ਹੈ ਕਿ ਭਾਰਤ ਸਰਕਾਰ ਨੇ ਆਰਡਰ ਜਾਰੀ ਕਰਤਾ ਵੀ 15 ਅਕਤੂਬਰ 2020 ਤੱਕ ਸਾਰੇ ਹੋਟਲ ਅਤੇ ਰੈਸਟੋਰੈਂਟ ਬੰਦ ਰਹਿਣਗੇ, ਜਦੋਂ ਕਿ ਬਿਲਕੁਲ ਫੇਕ ਹੈ। ਭਾਰਤ ਸਰਕਾਰ ਨੇ ਹਜੇ ਤੀਕ ਇਹੋ ਜਿਹਾ ਕੋਈ ਵੀ ਆਰਡਰ ਜਾਰੀ ਨਹੀਂ ਕੀਤਾ, ਤਾਂ ਇਹ ਫੇਕ ਅੱਗੇ ਨਾ ਭੇਜੋ। ਜਿਹੜੀ ਗੱਲ, ਇੱਕ ਚੀਜ਼ ਹੋਰ ਧਿਆਨ ਰੱਖਿਓ ਜੋ ਕਿ ਆਪਣਾ OTP ਜਿਹੜਾ ਬੈਂਕ ਦਾ OTP ਹੁੰਦਾ ਉਹ ਕਦੇ ਵੀ ਕਿਸੇ ਦੇ ਨਾਲ ਸ਼ੇਅਰ ਨਹੀਂ ਕਰਨਾ। ਜਿਹੜੀ ਆਰੋਗਿਆ ਸੇਤੂ ਐਪ ਹੈ ਇਹ ਹੀ ਤੁਹਾਨੂੰ ਬਚਾ ਸਕਦੀ ਹੈ, ਇਹਦੇ ਤੋਂ ਡਰੋ ਨਾ, ਇਹ ਭਾਰਤ ਸਰਕਾਰ ਦੀ ਹੈ। ਅੱਜ ਮੈਨੂੰ ਮੇਰੀ ਬੈਂਕ ਦਾ ਮੈਸੇਜ ਆਇਆ ਕਿ ਇਹ ਐਪ ਡਾਊਨਲੋਡ ਕਰੋ, ਤੁਹਾਨੂੰ ਵੀ ਮੈਸੇਜ ਆਇਆ ਹੋਊਗਾ। ਕੁਝ ਵੀਰ ਕਹਿ ਰਹੇ ਕਿ ਬੇਕਰੀ ਦੇ ਪ੍ਰੋਡਕਟ ਜਿਵੇਂ ਬਿਸਕਿਟ ਵਗੈਰਾ ਖਾਣ ਦੇ ਨਾਲ ਕਰੋਨਾ ਵਾਇਰਸ ਹੁੰਦਾ ਹੈ, ਜਦੋਂ ਕਿ WHO ਨੇ ਇਹੋ ਜਿਹੀ ਕੋਈ ਵੀ ਐਡਵਾਈਜ਼ਰੀ ਜਾਰੀ ਨਹੀਂ ਕੀਤੀ। ਇੱਕ ਮੈਸੇਜ ਵਟਸਐਪ 'ਤੇ ਚੱਲ ਰਿਹਾ ਹੈਗਾ ਕਿ ਤੁਹਾਡਾ ਜਿਹੜਾ ਮੈਸੇਜ ਹੈਗਾ ਉਹਨੂੰ ਭਾਰਤ ਸਰਕਾਰ ਪੜ੍ਹ ਰਹੀ ਹੈ, ਜਦੋਂ ਕਿ ਭਾਰਤ ਸਰਕਾਰ ਨੇ ਇਹਦਾ ਖੰਡਨ ਕੀਤਾ ਕਿ ਇਹੋ ਜਿਹਾ ਗੌਰਮੈਂਟ ਕੁਛ ਵੀ ਨਹੀਂ ਕਰ ਰਹੀ। ਹਾਂ, ਫੇਕ ਮੈਸੇਜ ਦੇ ਉੱਤੇ ਨਕੇਲ ਜ਼ਰੂਰ ਕੱਸ ਰਹੀ ਹੈ ਭਾਰਤ ਸਰਕਾਰ, ਕੇਸ ਜ਼ਰੂਰ ਕਰ ਰਹੀ ਹੈ, ਪਰੰਤੂ ਤੁਹਾਡਾ ਇੱਕ ਇੱਕ ਮੈਸੇਜ ਨਹੀਂ ਪੜ੍ਹਿਆ ਜਾ ਰਿਹਾ। ਆਹ ਜਿਹੜੀਆਂ ਟੈਕ ਜੀਆਂ ਲਾਈਆਂ ਵਾਲੇ ਮੈਸੇਜ ਉੱਡਦੇ ਪਏ ਹੈ, ਇਹਨੂੰ ਦੇਖ ਕੇ ਬਹੁਤ ਸਾਰੇ ਵਟਸਐਪ ਗਰੁੱਪ ਵਾਲਿਆਂ ਨੇ ਤਾਂ ਗਰੁੱਪ ਹੀ ਆਪਦੇ ਬੰਦ ਕਰਤੇ, ਜਦੋਂ ਕਿ ਇਹ ਭਾਰਤ ਸਰਕਾਰ ਕਹਿ ਰਹੀ ਹੈ ਕਿ ਇਹ ਬਿਲਕੁਲ ਫੇਕ ਮੈਸੇਜ ਹੈ, ਭਾਰਤ ਸਰਕਾਰ ਇਸ ਤਰ੍ਹਾਂ ਦਾ ਕੁਛ ਵੀ ਨਹੀਂ ਕਰ ਰਹੀ। ਤਾਂ ਦੋਸਤੋ, ਜਦੋਂ ਜੰਗ ਚੱਲਦੀ ਹੈ ਨਾ ਅਤੇ ਜੰਗ ਦੇ ਵਿੱਚ ਜਿੱਤਣ ਦੇ ਲਈ ਜ਼ਰੂਰੀ ਹੁੰਦਾ ਕਿ ਸਾਰੇ ਜਾਣਿਆਂ ਦਾ ਕੌਨਫੀਡੈਂਸ ਇੱਕ ਬੰਦੇ ਦੇ ਵਿੱਚ ਹੋਵੇ, ਮੋਰਾਲ ਹਾਈ ਹੋਵੇ। ਇਸੇ ਮੋਰਾਲ ਨੂੰ ਡੇਗਣ ਵਾਸਤੇ ਇੱਕ ਆਹ ਨਵੀਂ ਜਿਹੜਾ ਹੈਗਾ ਇਨਫੋਰਮੇਸ਼ਨ ਸਰਕੂਲੇਟ ਕੀਤੀ ਜਾ ਰਹੀ ਹੈ ਕਿ PPE ਕਿੱਟ ਜਿਹੜੀਆਂ ਹੈਗੀਆਂ ਉਹਨਾਂ ਦੀ ਘਾਟ ਕਰਕੇ ਉਹ ਵਰਤਣ ਲਈ ਨਿਰਦੇਸ਼ ਦਿੱਤੇ ਹੈ ਕਿ ਉਹੀ ਵਾਰੀ ਵਾਰੀ ਵਰਤੀ ਜਾਣੀਆਂ, ਜਦੋਂ ਕਿ ਇਹ ਫੇਕ ਨਿਊਜ਼ ਹੈ। ਇਹੋ ਜਿਹੀ ਕੋਈ ਗੱਲ ਨਹੀਂ, ਤੁਹਾਨੂੰ ਮੈਂ ਇੱਥੇ ਦੱਸ ਦੇਣਾ ਚਾਹੁੰਦਾ ਹੈ ਕਿ ਭਾਰਤ ਸਰਕਾਰ ਵੱਲੋਂ 1.5 ਕਰੋੜ PPE ਕਿੱਟ ਦੇ ਅਤੇ 1.5 ਕਰੋੜ N95 ਮਾਸਕ ਦੇ ਆਰਡਰ ਜਾਰੀ ਕਰ ਦਿੱਤੇ ਗਏ ਆ ਬਹੁਤ ਦੇਰ ਪਹਿਲਾਂ, ਅਤੇ ਇਹਦੀ ਸਪਲਾਈ ਵੀ ਮਿਲਣੀ ਸ਼ੁਰੂ ਹੋ ਚੁੱਕੀ ਹੈ। ਦੇਸ਼ ਦੇ ਵਿੱਚ PPE ਕਿੱਟ, N95 ਮਾਸਕ
ਇਹਨਾਂ ਦੀ ਕੋਈ ਘਾਟ ਨਹੀਂ ਹੈਗੀ, ਪੂਰੇ ਦਾ ਪੂਰਾ ਇੰਤਜ਼ਾਮ ਭਾਰਤ ਸਰਕਾਰ ਵੱਲੋਂ ਕੀਤਾ ਗਿਆ ਹੈ। ਇੱਕ ਚੀਜ਼ ਹੁੰਦੀ ਹੈ ਕਿ ਦੇਖੋ, ਇੱਕ ਇੰਗਲੈਂਡ ਦੀ ਕਹਾਣੀ ਸੁਣੋ। ਯੂਕੇ ਦੇ ਵਿੱਚ ਉਹਨਾਂ ਦੇ ਪ੍ਰਧਾਨ ਮੰਤਰੀ ਇਸ ਸਮੇਂ ICU ਦੇ ਵਿੱਚ ਆਕਸੀਜਨ 'ਤੇ ਹੈ, ਵੈਂਟੀਲੇਟਰ 'ਤੇ ਤਾਂ ਨਹੀਂ, ਆਕਸੀਜਨ 'ਤੇ ਹੈ। ਦੇਸ਼ ਵਾਸੀਆਂ ਦਾ ਮੋਰਾਲ ਹਾਈ ਰਹੇ ਇਹਦੇ ਕਰਕੇ ਉੱਥੋਂ ਦੇ ਲੋਕ ਵੀਡੀਓ ਪਾ ਰਹੇ ਹੈ ਕਿ ਸਾਡਾ ਪ੍ਰਧਾਨ ਮੰਤਰੀ ਇਹ ਘੁੰਮ ਰਿਹਾ ਸੀ ਪਿਛਲੇ ਦਿਨੀ ਸ਼ੋਰੂਮ ਦੇ ਵਿੱਚ, ਸਾਡਾ ਪ੍ਰਧਾਨ ਮੰਤਰੀ ਸਾਈਕਲ 'ਤੇ ਜਾਂਦਾ ਹੋਇਆ। ਉਹ ਆਪਣੀ ਫੇਸਬੁੱਕ 'ਤੇ ਵੀ ਆਈਆਂ। ਅਸੀਂ ਕੀ ਕਰ ਰਹੇ ਹਾਂ? ਅਸੀਂ ਉਹਦੇ ਉਲਟਾ ਕਰ ਰਹੇ ਹਾਂ। ਅਸੀਂ ਲੋਕਾਂ ਦਾ ਮੋਰਾਲ ਡਾਊਨ ਕਰਨ ਵਾਸਤੇ ਇਹੋ ਜਿਹੇ ਮੈਸੇਜ ਫੈਲਾ ਰਹੇ ਹਾਂ ਕਿ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਰਾਸ਼ਟਰਪਤੀ ਕਰੋਨਾ ਪੋਜ਼ਿਟਿਵ। ਇਹ ਗਲਤ ਹੈ, ਇਹ ਦੇਸ਼ ਦਾ ਗਦਾਰੀ ਹੈ। ਯਾਰ ਮੈਨੂੰ ਇੱਕ ਚੀਜ਼ ਸਮਝ ਨਹੀਂ ਆਉਂਦੀ ਕਿ ਚੀਨ ਨੇ 1000 ਬੈੱਡ ਦਾ ਹਸਪਤਾਲ ਬਣਾਇਆ ਸੀ ਇੱਕ ਹਫ਼ਤੇ ਦੇ ਵਿੱਚ, ਅਤੇ ਅਸੀਂ ਸਾਰਿਆਂ ਨੇ ਸ਼ੇਅਰ ਕੀਤਾ ਸੀਗਾ। ਹੁਣ ਉਹ ਕਿੱਥੇ ਮਰ ਗਏ ਉਹ ਬੰਦੇ ਜਿਹੜੇ ਕਹਿੰਦੇ ਚੀਨ ਨੇ 1000 ਦੇ ਵਿੱਚ ਬੈੱਡ ਬਣਾ 1000 ਬੈੱਡ ਦਾ ਹਸਪਤਾਲ ਤਿਆਰ ਕਰ ਲਿਆ, ਜਦੋਂ ਭਾਰਤ ਦੁਨੀਆ ਦੇ ਵਿੱਚ ਸਭ ਤੋਂ ਵੱਡਾ 3.25 ਲੱਖ ਬੈੱਡ ਦਾ ਹਸਪਤਾਲ ਬਣਾ ਰਿਹਾ ਹੈ? ਉਸ ਸਮੇਂ ਸਾਡੀ ਜ਼ੁਬਾਨ ਕਿਉਂ ਨਹੀਂ ਖੁੱਲ੍ਹਦੀ? ਤੁਸੀਂ ਸਾਰੇ ਜਾਣਦੇ ਹੋ ਕਿ ਇੰਡੀਅਨ ਰੇਲਵੇ 3.25 ਲੱਖ ਬੈੱਡ ਦਾ ਹੋਸਪਿਟਲ ਤਿਆਰ ਕਰ ਰਿਹਾ ਹੈਗਾ ਟ੍ਰੇਨਸ ਦੇ ਵਿੱਚ, ਜਿਹਦੇ ਵਿੱਚੋਂ ਲਗਭਗ, ਜੇ ਮੇਰਾ ਡਾਟਾ ਸਹੀ ਹੈ ਤਾਂ 1.5 ਲੱਖ ਬੈੱਡ ਦਾ ਆਲਰੇਡੀ ਹਸਪਤਾਲ ਰੈਡੀ ਹੋ ਗਿਆ, ਜਿਹੜਾ ਕਿ ਜਦੋਂ ਮਰਜ਼ੀ ਜਿੱਥੇ ਮਰਜ਼ੀ ਉਹਨੂੰ ਲੈ ਜਾਓ। ਤੁਹਾਡੀ ਰੇਲ ਕੋਚ ਫੈਕਟਰੀ ਕਪੂਰਥਲਾ 7 ਤੋਂ 10 ਹਜ਼ਾਰ ਰੁਪਈਏ ਦੇ ਵਿੱਚ ਜਿਹੜਾ ਹੈਗਾ ਵੈਂਟੀਲੇਟਰ ਤਿਆਰ ਕਰਤਾ ਅਗਲਿਆਂ ਨੇ। ਇਹੋ ਜਿਹੀਆਂ ਪੋਜ਼ਿਟਿਵ ਖਬਰਾਂ ਸ਼ੇਅਰ ਕਰੋ ਤਾਂ ਕਿ ਲੋਕਾਂ ਦਾ ਮੋਰਾਲ ਹਾਈ ਰਹੇ। ਹੁਣ ਇੱਕ ਸਭ ਤੋਂ ਗੰਦੀ ਚੀਜ਼ ਜਿਹੜੀ ਸ਼ੇਅਰ ਕੀਤੀ ਜਾ ਰਹੀ ਹੈ ਉਹ ਇਹ ਸ਼ੇਅਰ ਕੀਤੀ ਜਾ ਰਹੀ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨੇ ਅਮਰੀਕਾ ਦੇ ਅੱਗੇ ਘੁਟਨੇ ਟੇਕਦੇ ਹੋਏ ਭਾਰਤੀਆਂ ਦੀ ਜਿਹੜੀ ਦਵਾਈ ਵਰਤੀ ਜਾਣੀ ਸੀ ਉਹ ਅਮਰੀਕਾ ਨੂੰ ਦੇ ਦਿੱਤੀ, ਜਦੋਂ ਕਿ ਸਾਨੂੰ ਇਹ ਜਾਣਨਾ ਜ਼ਰੂਰੀ ਹੋ ਜਾਂਦਾ ਕਿ ਭਾਰਤ ਇਸ ਦਵਾਈ ਦਾ ਸਭ ਤੋਂ ਵੱਡਾ ਪ੍ਰੋਡਿਊਸਰ ਹੈ। ਭਾਰਤ ਨੇ ਭਾਰਤ ਵਾਸੀਆਂ ਦੀ ਜ਼ਰੂਰਤ ਪੂਰੀ ਕਰਨ ਵਾਸਤੇ ਇਸ ਦਾ ਬਾਹਰਲੇ ਦੇਸ਼ਾਂ 'ਚ ਭੇਜਣਾ ਕਾਫੀ ਦੇਰ ਪਹਿਲਾਂ ਬੈਨ ਕਰ ਦਿੱਤਾ ਸੀਗਾ। ਇਸ ਟਾਈਮ ਭਾਰਤ ਦੇ ਵਿੱਚ ਭਾਰਤ, ਸ਼੍ਰੀਲੰਕਾ ਅਤੇ ਨੇਪਾਲ ਇਹਨਾਂ ਦੇਸ਼ਾਂ ਦੀ ਜ਼ਰੂਰਤ ਜੋਗੀ ਦਵਾਈ ਰੱਖ ਕੇ ਉਸ ਤੋਂ ਬਾਅਦ ਦੇ ਵਿੱਚ ਜਿਹੜੀ 25% ਦਵਾਈ ਵੱਧਦੀ ਸੀਗੀ ਉਹ ਭਾਰਤ ਤੋਂ ਬਾਹਰ ਭੇਜੀ ਗਈ ਹੈ। ਇਕੱਲਾ ਅਮਰੀਕਾ ਹੀ ਨਹੀਂ, ਬ੍ਰਾਜ਼ੀਲ ਨੂੰ ਵੀ ਭੇਜੀ ਗਈ ਹੈ ਅਤੇ ਹੋਰ ਦੇਸ਼ਾਂ ਨੂੰ ਵੀ ਇਹ ਦਵਾਈ ਭੇਜੀ ਜਾ ਰਹੀ ਹੈ। ਤਾਂ ਇਹੋ ਜਿਹੀ ਖਬਰ ਇਸ ਕਰਕੇ ਫੈਲਾਈ ਜਾਂਦੀ ਹੈ ਕਿ ਲੋਕ ਡਰ ਜਾਣ, ਲੋਕਾਂ 'ਚ ਹਾਹਾਕਾਰ ਮੱਚ ਜਾਵੇ ਕਿ ਸਾਡੀ ਦਵਾਈ ਤਾਂ ਅਮਰੀਕਾ ਲੈ ਗਿਆ, ਅਸੀਂ ਕੀ ਖਾਵਾਂਗੇ। ਨਹੀਂ, ਭਾਰਤ ਸਰਕਾਰ ਨੇ ਪੂਰਾ ਇੰਤਜ਼ਾਮ ਕਰਕੇ ਜਿੰਨੀ ਸਾਡੇ ਭਾਰਤ ਵਾਸੀਆਂ ਨੂੰ ਦਵਾਈ ਚਾਹੀਦੀ ਸੀ, ਇਕੱਲੇ ਭਾਰਤ ਵਾਸੀਆਂ ਨੂੰ ਨਹੀਂ ਕਿਉਂਕਿ ਨੇਪਾਲ ਅਤੇ ਸ਼੍ਰੀਲੰਕਾ ਸਾਡੇ 'ਤੇ ਡਿਪੈਂਡੈਂਟ ਹੈ, ਇਹਨਾਂ ਦੋਵਾਂ ਦੇਸ਼ਾਂ ਦੇ ਕੋਟੇ ਦੀ ਦਵਾਈ ਰੱਖ ਕੇ ਜੋ ਉਸ ਤੋਂ ਵੱਧ ਸੀ ਉਹ ਦਵਾਈ ਯੂਰਪ ਅਤੇ ਅਮੈਰੀਕਨ ਦੇਸ਼ਾਂ ਨੂੰ ਐਕਸਪੋਰਟ ਕੀਤੀ ਹੈ। ਤਾਂ ਇਸ ਲਈ ਦੋਸਤੋ, ਜਦੋਂ ਤੁਸੀਂ ਇਹੋ ਜਿਹੇ ਮੈਸੇਜ ਸ਼ੇਅਰ ਕਰਦੇ ਹੋ ਤਾਂ ਤੁਹਾਡੇ ਇਹੋ ਜਿਹੇ ਮੈਸੇਜ ਪੜ੍ਹ ਕੇ ਬਹੁਤ ਸਾਰੇ ਲੋਕ ਡਰ ਜਾਂਦੇ ਹੈ, ਸਹਿਮ ਜਾਂਦੇ ਹੈ, ਅਤੇ ਜਿਹੜਾ ਦੇਸ਼ ਲਈ ਅਤੇ ਸਾਡੇ ਲਈ ਖਤਰਨਾਕ ਹੈ। ਦੇਸ਼ ਰਹੇਗਾ ਤਾਂ ਤੁਸੀਂ ਰਹੋਗੇ। ਇਸ ਕਰਕੇ ਕੋਈ ਵੀ ਅਫਵਾਹ ਅੱਗੇ ਨਾ ਫੈਲਾਓ, ਕੇਵਲ ਪੋਜ਼ਿਟਿਵ ਚੀਜ਼ਾਂ, ਕੇਵਲ ਚੰਗੀਆਂ ਚੀਜ਼ਾਂ ਅੱਗੇ ਜ਼ਰੂਰ ਭੇਜੋ। ਭਾਰਤ ਸਰਕਾਰ ਵੀ ਇਹ 'ਤੇ ਸਖਤ ਹੈ ਅਤੇ ਉਮੀਦ ਕਰਦਾ ਹੈ ਕਿ ਤੁਸੀਂ ਸਾਰੇ ਜਿਹੜਾ ਹੈਗਾ ਇਸ ਨੂੰ ਸੰਜੀਦਗੀ ਦੇ ਨਾਲ ਲਵੋਗੇ। ਧੰਨਵਾਦ ਦੋਸਤੋ, ਮਿਹਰਬਾਨੀ ਦੋਸਤੋ।